ਮੇਰਾ ਨਾਮ ਸੀਨੀਅਰ ਕਾਂਸਟੇਬਲ ਸਤਨਾਮ ਸਿੰਘ ਹੈ ਜੀ। ਤੇ ਵਿਸ਼ੇਸ਼ ਚੈਕਿੰਗ ਚਲਾਈ ਜਾਂਦਾ ਨਹੀਂ ਜੀ, ਰੋਜ਼ਾਨਾ ਦੀ ਤਰ੍ਹਾਂ ਹੀ ਚੈਕਿੰਗ ਚੱਲਦੀ ਹੈ। ਇਹ ਆਪਣੇ 3-4 ਥਾਣੇ ਦੇ ਅੰਡਰ ਗੱਡੀਆਂ, ਆਪਣੇ 112 ਨੰਬਰ ਵਹੀਕਲ ਜੀ, ਜਿਹੜੇ ਪੰਜਾਬ ਸਰਕਾਰ ਨੇ ਚਲਾਏ ਆ ਜੀ। ਅਤੇ ਜਦੋਂ ਕੋਈ 112 ਦੀ ਕਾਲ ਵਗੈਰਾ ਆਉਂਦੀ ਆ, ਉਹਦੇ ਵੀ ਮੌਕੇ 'ਤੇ ਪਹੁੰਚਦੇ ਆ ਜੀ। ਅਤੇ ਬਾਕੀ ਜਿਹੜੇ ਮਾੜੇ ਆਂਸਰ ਆ, ਉਹਨਾਂ ਦੀ ਨਿਗਾਹ ਰੱਖੀ ਜਾਂਦੀ ਹੈ ਜੀ। ਅਤੇ ਚੈਕਿੰਗ ਚੱਲਦੀ ਆ, ਰੋਜ਼ਾਨਾ ਦੀ ਤਰ੍ਹਾਂ ਹੀ ਚੱਲਦੀ ਚੈਕਿੰਗ ਇਹ। ਇਹ ਚੈਕਿੰਗ ਦੌਰਾਨ ਜੀ, ਜਿਹਦੇ ਕੋਲ ਕੋਈ ਕਾਗਜ਼ ਪੱਤਰ ਮੋਟਰਸਾਈਕਲਾਂ ਦੇ ਹੈ ਨਹੀਂ ਗਏ, ਉਹਨਾਂ ਦੇ ਔਨਲਾਈਨ ਮਸ਼ੀਨਾਂ ਦਿੱਤੀਆਂ, ਉਹਨਾਂ ਚਲਾਨ ਵੀ ਕੀਤੇ ਜਾਂਦੇ ਉਹਨਾਂ ਦਾ ਕੋਈ ਹਾਂਜੀ ਔਨਲਾਈਨ ਨਾਲ ਦੀ ਨਾਲ ਭਰ ਸਕਦਾ ਪੈਸੇ। ਔਨਲਾਈਨ ਮਸ਼ੀਨਾਂ ਜੀ ਦਿੱਤੀਆਂ, ਜਿਹੜੀਆਂ ਪੇਟੀਐਮ ਜਾਂ ਗੂਗਲ ਪੇ ਰਾਹੀਂ ਜਿਹੜੇ ਸਰਕਾਰ ਨੂੰ ਚਲਾਨ ਭਰੇ ਜਾਂਦੇ। ਇਹੀ ਤਾਂ ਆਪਾਂ ਦੇਖਣਾ ਕੱਢਦੇ। ਮੇਰਾ ਨਾਮ ਸੀਨੀਅਰ ਕਾਂਸਟੇਬਲ ਸਤਨਾਮ ਸਿੰਘ ਹੈ ਜੀ। ਤੇ ਰੋਜ਼ਾਨਾ ਦੀ ਤਰ੍ਹਾਂ ਹੀ ਚੈਕਿੰਗ ਚੱਲਦੀ ਹੈ। ਇਹ ਆਪਣੇ 3-4 ਥਾਣੇ ਦੇ ਅੰਡਰ ਗੱਡੀਆਂ, ਆਪਣੇ 112 ਨੰਬਰ ਵਹੀਕਲ ਜੀ, ਜਿਹੜੇ ਪੰਜਾਬ ਸਰਕਾਰ ਨੇ ਚਲਾਏ ਆ ਜੀ। ਅਤੇ ਜਦੋਂ ਕੋਈ 112 ਦੀ ਕਾਲ ਵਗੈਰਾ ਆਉਂਦੀ ਆ, ਉਹਦੇ ਵੀ ਮੌਕੇ 'ਤੇ ਪਹੁੰਚਦੇ ਆ ਜੀ। ਅਤੇ ਬਾਕੀ ਜਿਹੜੇ ਮਾੜੇ ਆਂਸਰ ਆ, ਉਹਨਾਂ ਦੀ ਨਿਗਾਹ ਰੱਖੀ ਜਾਂਦੀ ਹੈ ਜੀ। ਅਤੇ ਚੈਕਿੰਗ ਚੱਲਦੀ ਆ, ਰੋਜ਼ਾਨਾ ਦੀ ਤਰ੍ਹਾਂ ਹੀ ਚੱਲਦੀ ਚੈਕਿੰਗ ਇਹ। ਇਹ ਚੈਕਿੰਗ ਦੌਰਾਨ ਜੀ, ਜਿਹਦੇ ਕੋਲ ਕੋਈ ਕਾਗਜ਼ ਪੱਤਰ ਮੋਟਰਸਾਈਕਲਾਂ ਦੇ ਹੈ ਨਹੀਂ ਗਏ, ਉਹਨਾਂ ਦੇ ਔਨਲਾਈਨ ਮਸ਼ੀਨਾਂ ਦਿੱਤੀਆਂ, ਉਹਨਾਂ ਚਲਾਨ ਵੀ ਕੀਤੇ ਜਾਂਦੇ ਉਹਨਾਂ ਦਾ ਕੋਈ ਹਾਂਜੀ ਔਨਲਾਈਨ ਨਾਲ ਦੀ ਨਾਲ ਭਰ ਸਕਦਾ ਪੈਸੇ। ਔਨਲਾਈਨ ਮਸ਼ੀਨਾਂ ਜੀ ਦਿੱਤੀਆਂ, ਜਿਹੜੀਆਂ ਪੇਟੀਐਮ ਜਾਂ ਗੂਗਲ ਪੇ ਰਾਹੀਂ ਜਿਹੜੇ ਸਰਕਾਰ ਨੂੰ ਚਲਾਨ ਭਰੇ ਜਾਂਦੇ। ਇਹੀ ਤਾਂ ਆਪਾਂ ਦੇਖਣਾ ਕੱਢਦੇ। ਮੇਰਾ ਨਾਮ ਸੀਨੀਅਰ ਕਾਂਸਟੇਬਲ ਸਤਨਾਮ ਸਿੰਘ ਹੈ ਜੀ। ਤੇ ਵਿਸ਼ੇਸ਼ ਚੈਕਿੰਗ ਚਲਾਈ ਜਾਂਦਾ ਨਹੀਂ ਜੀ, ਰੋਜ਼ਾਨਾ ਦੀ ਤਰ੍ਹਾਂ ਹੀ ਚੈਕਿੰਗ ਚੱਲਦੀ ਹੈ। ਇਹ ਆਪਣੇ 3-4 ਥਾਣੇ ਦੇ ਅੰਡਰ ਗੱਡੀਆਂ, ਆਪਣੇ 112 ਨੰਬਰ ਵਹੀਕਲ ਜੀ, ਜਿਹੜੇ ਪੰਜਾਬ ਸਰਕਾਰ ਨੇ ਚਲਾਏ ਆ ਜੀ। ਅਤੇ ਜਦੋਂ ਕੋਈ 112 ਦੀ ਕਾਲ ਵਗੈਰਾ ਆਉਂਦੀ ਆ, ਉਹਦੇ ਵੀ ਮੌਕੇ 'ਤੇ ਪਹੁੰਚਦੇ ਆ ਜੀ। ਅਤੇ ਬਾਕੀ ਜਿਹੜੇ ਮਾੜੇ ਆਂਸਰ ਆ, ਉਹਨਾਂ ਦੀ ਨਿਗਾਹ ਰੱਖੀ ਜਾਂਦੀ ਹੈ ਜੀ। ਅਤੇ ਚੈਕਿੰਗ ਚੱਲਦੀ ਆ, ਰੋਜ਼ਾਨਾ ਦੀ ਤਰ੍ਹਾਂ ਹੀ ਚੱਲਦੀ ਚੈਕਿੰਗ ਇਹ। ਇਹ ਚੈਕਿੰਗ ਦੌਰਾਨ ਜੀ, ਜਿਹਦੇ ਕੋਲ ਕੋਈ ਕਾਗਜ਼ ਪੱਤਰ ਮੋਟਰਸਾਈਕਲਾਂ ਦੇ ਹੈ ਨਹੀਂ ਗਏ, ਉਹਨਾਂ ਦੇ ਔਨਲਾਈਨ ਮਸ਼ੀਨਾਂ ਦਿੱਤੀਆਂ, ਉਹਨਾਂ ਚਲਾਨ ਵੀ ਕੀਤੇ ਜਾਂਦੇ ਉਹਨਾਂ ਦਾ ਕੋਈ ਹਾਂਜੀ ਔਨਲਾਈਨ ਨਾਲ ਦੀ ਨਾਲ ਭਰ ਸਕਦਾ ਪੈਸੇ। ਔਨਲਾਈਨ ਮਸ਼ੀਨਾਂ ਜੀ ਦਿੱਤੀਆਂ, ਜਿਹੜੀਆਂ ਪੇਟੀਐਮ ਜਾਂ ਗੂਗਲ ਪੇ ਰਾਹੀਂ ਜਿਹੜੇ ਸਰਕਾਰ ਨੂੰ ਚਲਾਨ ਭਰੇ ਜਾਂਦੇ। ਇਹੀ ਤਾਂ ਆਪਾਂ ਦੇਖਣਾ ਕੱਢਦੇ। ਮੇਰਾ ਨਾਮ ਸੀਨੀਅਰ ਕਾਂਸਟੇਬਲ ਸਤਨਾਮ ਸਿੰਘ ਹੈ ਜੀ। ਤੇ ਵਿਸ਼ੇਸ਼ ਚੈਕਿੰਗ ਚਲਾਈ ਜਾਂਦਾ ਨਹੀਂ ਜੀ, ਰੋਜ਼ਾਨਾ ਦੀ ਤਰ੍ਹਾਂ ਹੀ ਚੈਕਿੰਗ ਚੱਲਦੀ ਹੈ। ਇਹ ਆਪਣੇ 3-4 ਥਾਣੇ ਦੇ ਅੰਡਰ ਗੱਡੀਆਂ, ਆਪਣੇ 112 ਨੰਬਰ ਵਹੀਕਲ ਜੀ, ਜਿਹੜੇ ਪੰਜਾਬ ਸਰਕਾਰ ਨੇ ਚਲਾਏ ਆ ਜੀ। ਅਤੇ ਜਦੋਂ ਕੋਈ 112 ਦੀ ਕਾਲ ਵਗੈਰਾ ਆਉਂਦੀ ਆ, ਉਹਦੇ ਵੀ ਮੌਕੇ 'ਤੇ ਪਹੁੰਚਦੇ ਆ ਜੀ। ਅਤੇ ਬਾਕੀ ਜਿਹੜੇ ਮਾੜੇ ਆਂਸਰ ਆ, ਉਹਨਾਂ ਦੀ ਨਿਗਾਹ ਰੱਖੀ ਜਾਂਦੀ ਹੈ ਜੀ। ਅਤੇ ਚੈਕਿੰਗ ਚੱਲਦੀ ਆ, ਰੋਜ਼ਾਨਾ ਦੀ ਤਰ੍ਹਾਂ ਹੀ ਚੱਲਦੀ ਚੈਕਿੰਗ ਇਹ। ਇਹ ਚੈਕਿੰਗ ਦੌਰਾਨ ਜੀ, ਜਿਹਦੇ ਕੋਲ ਕੋਈ ਕਾਗਜ਼ ਪੱਤਰ ਮੋਟਰਸਾਈਕਲਾਂ ਦੇ ਹੈ ਨਹੀਂ ਗਏ, ਉਹਨਾਂ ਦੇ ਔਨਲਾਈਨ ਮਸ਼ੀਨਾਂ ਦਿੱਤੀਆਂ, ਉਹਨਾਂ ਚਲਾਨ ਵੀ ਕੀਤੇ ਜਾਂਦੇ ਉਹਨਾਂ ਦਾ ਕੋਈ ਹਾਂਜੀ ਔਨਲਾਈਨ ਨਾਲ ਦੀ ਨਾਲ ਭਰ ਸਕਦਾ ਪੈਸੇ। ਔਨਲਾਈਨ ਮਸ਼ੀਨਾਂ ਜੀ ਦਿੱਤੀਆਂ, ਜਿਹੜੀਆਂ ਪੇਟੀਐਮ ਜਾਂ ਗੂਗਲ ਪੇ ਰਾਹੀਂ ਜਿਹੜੇ ਸਰਕਾਰ ਨੂੰ ਚਲਾਨ ਭਰੇ ਜਾਂਦੇ। ਇਹੀ ਤਾਂ ਆਪਾਂ ਦੇਖਣਾ ਕੱਢਦੇ।